ਅੰਮ੍ਰਿਤ ਵੇਲੇ ਗੁਰਦੁਆਰਾ ਅਕਾਲ ਬੁੰਗਾ ਸੁਲਤਾਨਪੁਰ ਲੋਧੀ ਵਿਖੇ ਅੰਮ੍ਰਿਤ ਵੇਲੇ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਬੂਟਾਂ ਸਮੇਤ ਅੰਦਰ ਵੜ ਕੇ ਉੱਥੇ ਅੰਦਰ ਗੋਲੀਆਂ ਚਲਾ ਕੇ ਮਰਿਆਦਾ ਦਾ ਉਲੰਘਣ ਕੀਤਾ। ਉੱਥੇ ਗੋਲੀਆਂ ਵੱਡੇ ਪੱਧਰ 'ਤੇ ਚਲਾ ਕੇ ਇੱਕ ਦੂਸਰੀ ਮਰਿਆਦਾ ਦਾ ਉਲੰਘਣ ਕੀਤਾ। ਉਹਦੇ ਸੰਬੰਧ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੇ ਨਿਰਦੇਸ਼ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ 5 ਮੈਂਬਰੀ ਕਮੇਟੀ ਅਤੇ 6ਵਾਂ ਸਾਡਾ ਕੋਆਰਡੀਨੇਟਰ ਕਮੇਟੀ ਬਣਾ ਕੇ ਇਹਦੀ ਰਿਪੋਰਟ ਜਿਹੜੀ ਆ ਉਸ ਕਮੇਟੀ ਨੇ ਬੜੀ ਮਿਹਨਤ ਕਰਕੇ ਹਰ ਇੱਕ ਪੱਖ ਨੂੰ ਟੱਚ ਕਰਕੇ ਉਹ ਰਿਪੋਰਟ ਦਿੱਤੀ ਸੀ, ਜਿਹੜੀ ਪਿਛਲੇ ਦਿਨ ਅਸੀਂ ਇੱਥੇ ਜਾਰੀ ਵੀ ਕੀਤੀ ਸੀ। ਉਸ ਪੜਤਾਲ ਦਾ ਜਿਹੜਾ ਸਭ ਤੋਂ ਉੱਭਰਵਾਂ ਜਿਹੜਾ ਸੀਗਾ ਉਹ ਪੱਖ ਇਹ ਸੀ ਕਿ 5-6 ਜ਼ਿਲ੍ਹਿਆਂ ਦੀ ਪੁਲਿਸ ਇਕੱਤਰ ਕੀਤੀ ਗਈ ਇੱਕ ਦਿਨ ਪਹਿਲਾਂ। ਇੱਕ ਹੁੰਦੀ ਸਡਨ ਪ੍ਰੋਵੋਕੇਸ਼ਨ, ਇੱਕ ਹੁੰਦਾ ਮਿਥ ਕੇ ਸਾਰਾ ਕਾਰਜ ਕਰਨਾ। ਔਰ ਲਗਭਗ 1000 ਕੌਂਸਟੇਬਲ ਅਤੇ ਉਹਨਾਂ ਜ਼ਿਲ੍ਹਿਆਂ ਦੇ ਅਫਸਰ ਸਹਿਮਾਨ ਉਹ ਸਾਰਿਆਂ ਨੇ ਗਿਣ ਮਿਥ ਕੇ 23 ਤਰੀਕ ਨੂੰ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਜ਼ਬਰਦਸਤੀ ਦਾਖਲ ਹੋ ਕੇ ਉੱਥੇ ਫਾਇਰਿੰਗ ਕਰਕੇ ਮਰਿਆਦਾ ਦੀਆਂ ਧੱਗੀਆਂ ਉਡਾਈਆਂ। ਸੋ ਉਹਦੇ ਸੰਬੰਧ ਦੇ ਵਿੱਚ ਫਿਰ ਇਹ ਰਿਪੋਰਟ ਜਿਹੜੀ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪੀ ਗਈ। ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਨੇ ਪਿਛਲੇ ਦਿਨੀ ਉਹ ਰਿਪੋਰਟ 'ਤੇ ਐਕਸ਼ਨ ਕਰਦਿਆਂ ਸ਼੍ਰੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੂੰ ਸਿੱਧੇ ਤੌਰ 'ਤੇ ਇਹਦਾ ਇਸ ਘਟਨ ਦਾ ਜ਼ਿੰਮੇਵਾਰ ਅਤੇ ਦੋਸ਼ੀ ਗਰਦਾਨਿਆ ਸੀ। ਉਹਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਦਿਨੀ ਇੱਕ ਮੀਟਿੰਗ ਆਪਣੀ ਕਰਕੇ ਅੱਜ ਦਾ ਇਹ ਜਿਹੜਾ 1 ਫਰਵਰੀ 2024 ਦਾ ਜਨਰਲ ਅਜਲਾਸ ਸੱਦਿਆ ਸੀ ਔਰ ਉਹ ਅੱਜ ਜਨਰਲ ਅਜਲਾਸ ਦਾ ਇੱਕ ਨਿਕਾਤੀ ਜਿਹੜਾ ਪ੍ਰੋਗਰਾਮ ਸੀ ਉਹ ਸੀ ਵੀ ਉਹ ਜਿਹੜੀ ਰਿਪੋਰਟ ਛਪੀ ਆ ਅਤੇ ਉਹਦੇ ਉੱਤੇ ਗਾਹਾਂ ਫਰਦਰ ਜਿਹੜਾ ਆ ਉਹ ਅੱਜ ਦਾ ਹਾਊਸ ਕੀ ਮੰਗ ਕਰਦਾ। ਸੋ ਉਹ ਅੱਜ ਬੈਠ ਕੇ ਲਗਭਗ 3 ਘੰਟੇ ਸਾਰੇ ਸਵੇਰ ਦੇ ਮੈਂਬਰ ਸਾਹਿਬਾਨ ਨੇ ਆਪਣੇ ਆਪਣੇ ਵਿਚਾਰ ਉਹਦੇ 'ਤੇ ਸਾਰਿਆਂ ਨੇ ਪ੍ਰਗਟ ਕੀਤੇ ਔਰ ਉਹਨਾਂ ਵਿਚਾਰਾਂ ਦੇ ਵਿੱਚ ਇੱਕ ਸੁਰਤਾ ਦੇ ਨਾਲ 4 ਜਿਹੜੇ ਵਿਸ਼ੇਸ਼ ਮਤੇ ਆ ਉਹ ਵੀ ਅੱਜ ਪਾਸ ਕੀਤੇ ਗਏ। ਕਿਉਂਕਿ ਲੰਬੇ ਅਰਸੇ ਤੋਂ 2017 ਤੋਂ ਆਨਵਰਡ ਗੁਟਕੇ ਹੱਥ 'ਚ ਫੰਡ ਵਾਲੀ ਸਰਕਾਰ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਬਰਗਾੜੀ ਦੇ ਦੂਜਿਆਂ ਨੂੰ ਸਜ਼ਾਵਾਂ ਦੇਵਾਂਗੇ, 5 ਸਾਲ ਕੁਝ ਨਹੀਂ ਕੀਤਾ, ਖਤਮ ਹੋਈ ਕਹਾਣੀ। ਆਹ 2022 'ਚ ਜਿਹੜੀ ਹੁਣ ਮੌਜੂਦਾ ਸਰਕਾਰ 24 ਘੰਟਿਆਂ ਦੇ ਵਿੱਚ ਇਹ ਸਾਰੇ ਫੈਸਲੇ ਕਰਾਂਗੇ, ਇਹ ਵੀ 2 ਸਾਲ ਇਸੇ ਗੱਲ 'ਚ ਨਿਕਲ ਗਏ, ਕਦੇ ਇੱਕ ਸਿੱਟ ਬਣੀ ਕਦੇ ਦੂਜੀ ਸਿੱਟ ਬਣੀ, ਨਿਕਲਿਆ ਕੁਝ ਵੀ ਨਹੀਂ। ਪਰ ਇਸ ਸਰਕਾਰ ਨੇ ਇੱਕ ਸਿੱਖਾਂ ਦਾ ਸਬਰ ਹੋਰ ਦੇਖਿਆ ਕਿ 23 ਨਵੰਬਰ 2023 ਨੂੰ ਜਿਹੜੀ ਇਹ ਘਟਨਾ ਕੀਤੀ, ਪੁਲਿਸ ਕਿਹਦੇ ਕਹੇ ਅੰਦਰ ਗੁਰਦੁਆਰੇ 'ਚ ਐਂਟਰ ਹੋਈ,
ਪੁਲਿਸ ਕਿਹਦੇ ਕਹੇ ਬੂਟਾਂ ਸਮੇਤ ਅੰਦਰ ਗਈ ਅਤੇ ਪੁਲਿਸ ਨੇ ਕਿਹਦੇ ਕਹੇ ਦੇ ਉੱਤੇ ਇਹ ਜਿਹੜੀ ਫਾਇਰਿੰਗ ਕੀਤੀ ਆ। ਸੋ ਇਹ ਸਵਾਲ ਸੀਗੇ ਮੁੱਦੇ ਮੇਨ ਤੌਰ ਦੇ ਉੱਤੇ। ਅਤੇ ਪੀ ਟੀ ਸੀ ਦੇ ਜਿਹੜੇ ਕਰਮਚਾਰੀ ਫੱਟੜ ਹੋਏ ਉਹਨਾਂ ਦਾ ਵੀ ਅੱਜ ਡਿਸਕਸ ਹੋਇਆ, ਕਿਉਂਕਿ ਇੱਕ ਪਾਸੇ ਆਪਾਂ ਮੀਡੀਆ ਦੀ ਕਹਿੰਦੇ ਹਾਂ ਵੀ ਮੀਡੀਆ ਆਜ਼ਾਦ ਆ, ਮੀਡੀਆ ਚੌਥਾ ਥੰਮ ਆ, ਅਤੇ ਅੱਜ ਆਪਾਂ ਮੀਡੀਆ ਨੇ ਜੇ ਕਵਰੇਜ ਕੀਤੀ ਉਹਨੂੰ ਵੀ ਆਪਾਂ ਤਸ਼ੱਦਦ ਨਹੀਂ ਕੀਤਾ, ਉਂਗਲਾਂ ਇੱਦਾਂ ਤੋੜੀਆਂ ਜਿੱਦਾਂ ਜੰਗਲ ਦਾ ਰਾਜ ਹੁੰਦਾ। ਸੋ ਇਹਦਾ ਖੁਦਕਿਸਮਤੀ ਕਹਿ ਲਓ ਕਿ ਉਹ ਉਹਨਾਂ ਕੋਲ ਇੱਕ ਵੀਡੀਓ ਰਿਕਾਰਡਿੰਗ ਰਹਿ ਗਈ, ਉਹਦੇ ਨਾਲ ਸਾਰਾ ਜਿਹੜਾ ਮਾਮਲਾ ਉਹ ਕਲੀਅਰ ਹੋ ਗਿਆ। ਸੋ ਅੱਜ ਹਾਊਸ ਨੇ ਸਾਰੇ ਨੇ ਇਹ ਫੈਸਲਾ ਕੀਤਾ ਕਿ 2 ਸਾਲ ਹੋ ਗਏ ਇਹਦੇ ਵਿੱਚ ਬੜੀਆਂ ਬੜਬੜੀਆਂ ਬੇਅਦਬੀਆਂ ਹੋਈਆਂ, ਔਰ ਉਹ ਬੇਅਦਬੀਆਂ ਦਾ ਸਿਰਫ ਪਰਚਾ ਦਰਜ ਕਰਨਾ ਏਡਾ ਮੰਤਵ ਨਹੀਂ ਹੁੰਦਾ, ਉਹਦੇ ਵਿੱਚ ਗਾਹਾਂ ਕਾਰਵਾਈਆਂ ਕੀ ਹੋਈਆਂ ਉਹ ਅੱਜ ਤੱਕ ਟੁੱਸ ਪਈਆਂ। ਸੋ ਦੂਸਰਿਆਂ ਨੂੰ ਬੜੇ ਪੱਧਰ 'ਤੇ ਨਿੰਦਿਆ, ਅੱਜ ਖੁੱਲ੍ਹ ਕੇ ਇਸ ਗੱਲ 'ਤੇ ਵੀ ਵਿਚਾਰ ਹੋਈ ਕਿ ਜਿਹੜਾ ਇਹ ਬਰਗਾੜੀ ਅਤੇ ਬਹਿਬਲ ਬਾਲਾਂ ਦੀ ਬਹੁਤ ਦੁਖਦਾਈ ਸੀ, ਨਹੀਂ ਸੀ ਹੋਣਾ ਚਾਹੀਦਾ, ਹੋਇਆ ਉਹਦੇ ਵਿੱਚ ਕੁਛ ਲੈਪਸ ਰਹੀਆਂ, ਪਰ ਉਹ ਪਿਛਲੇ ਦਿਨੀ ਇੱਕ ਸਵਾਲ ਉੱਠਿਆ ਪਈ ਫਿਰ ਮੁੜ ਬਹਿਬਲ ਦੀ, ਅਤੇ ਮੈਂ ਤੁਹਾਡੇ ਜ਼ਰੀਏ ਮੀਡੀਆ ਰਾਹੀਂ ਕਹਿਣਾ ਚਾਹੁੰਦਾ ਕਿ 2015 ਨੂੰ 9 ਸਾਲ ਹੋ ਗਏ, ਆਪਾਂ ਹੁਣ 9 ਸਾਲ ਇਹੋ ਕੰਮ ਕਰੀ ਜਾਣਾ ਵੀ ਇੱਕ ਬਰਗਾੜੀ ਦੇ ਵਿੱਚ ਇਹ ਜੋ ਮਰਜ਼ੀ ਬੇਅਦਬੀ ਹੁੰਦੀ ਰਹੇ ਪੰਜਾਬ ਦੇ ਵਿੱਚ, ਗੁਰੂ ਪਾਤਸ਼ਾਹ ਦੇ ਸਰੂਪਾਂ ਦੀ ਬੇਅਦਬੀ ਹੋਈ ਜਾਵੇ ਵੀ ਆਪਾਂ ਉਹ 15 ਦੇ ਵਿੱਚ ਲਪੇਟੀ ਜਾਵਾਂਗੇ। ਸੋ ਉਹਦੀ ਵੀ ਇੱਕ ਸਵਾਲ ਉੱਠਿਆ ਸੀ ਜਿਹਦਾ ਮੈਂ ਅੱਜ ਕਾਪੀ ਵੀ ਰਿਲੀਜ਼ ਕੀਤੀ ਆ। ਇਹ ਗੁਰਦੁਆਰਾ ਗਜਟ ਜਿਹੜਾ ਆ ਇਹ 20 ਜੁਲਾਈ 2021 ਦੇ ਵਿੱਚ 363 ਨੰਬਰ ਮਤਾ ਆ, ਜਿਹਦੇ ਵਿੱਚ ਇਹ 10-10 ਲੱਖ ਰੁਪਈਆ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਹੜੇ ਸ਼ਹੀਦ ਹੋਏ, ਕਿਉਂਕਿ ਉਹਨਾਂ ਦਾ ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ, ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਸੀਗੇ, ਉਹਨਾਂ ਦੀਆਂ ਕੇਂਦਰੀ ਅਜਾਇਬ ਘਰ ਵਿੱਚ ਤਸਵੀਰਾਂ ਲਾਈਆਂ, ਇਹ ਵੀ ਕੋਈ ਆਸਾਨ ਨਹੀਂ ਕੀਤਾ। ਅਤੇ ਨਾਲ ਇਹ ਨਿੰਦਿਆ ਦਾ ਵੀ ਮਤਾ ਆ, ਇਹ ਅੱਜ ਤਾਂ ਦੱਸਿਆ ਕਿਉਂਕਿ ਕਈ ਵਾਰੀ ਆਪਾਂ ਉਸੇ ਗੱਲ ਨੂੰ ਇੱਕ ਨੂੰ ਫੜ ਕੇ ਪਛਾਂ ਦੀ ਪਛਾਂ ਖਿੱਚੀ ਜਾਂਦੇ ਹਾਂ। ਸੋ ਮੈਂ ਸਮਝਦਾ ਅੱਜ ਦੀ ਮੌਜੂਦਾ ਸਰਕਾਰ ਨੇ ਇਹ ਬੜੀ ਵੱਡੀ ਬੇਅਦਬੀ ਕੀਤੀ ਆ, ਜਿਹਦੇ ਲਈ ਸਿੱਧੇ ਤੌਰ 'ਤੇ ਇਹ ਦੋਸ਼ੀ ਆ। ਸੋ ਉਹਦੇ ਸੰਬੰਧ ਦੇ ਵਿੱਚ ਅੱਜ ਸਾਡੇ ਜਿਹੜੇ ਆ ਉਹ 4 ਮਤੇ ਚੇਚੇ ਤੌਰ 'ਤੇ ਸਾਰੇ ਮੈਂਬਰ ਸਾਹਿਬਾਨਾਂ ਨੇ ਜਿਹੜੇ ਪੇਸ਼ ਕੀਤੇ ਵੱਖੋ ਵੱਖਰੇ ਆਪਣੇ ਵਿਊ ਪ੍ਰਗਟ ਕਰਕੇ, ਉਹਦੇ ਵਿੱਚ ਸਭ ਤੋਂ ਪਹਿਲਾ ਮਤਾ ਜਿਹੜਾ ਉਹ ਗੁਰਦੁਆਰਾ ਸ਼੍ਰੀ ਅਕਾਲ ਬੁੰਗਾ ਸਾਹਿਬ 'ਤੇ ਪੁਲਿਸ ਵੱਲੋਂ ਗੋਲੀਬਾਰੀ ਅਤੇ ਮਰਿਆਦਾ ਦੀ ਉਲੰਘਣ ਦੇ ਮੁੱਖ ਦੋਸ਼ੀ ਵਜੋਂ ਅਤੇ ਗ੍ਰਹਿ ਮੰਤਰੀ ਵਜੋਂ ਸ਼੍ਰੀ ਭਗਵੰਤ ਮਾਨ ਆਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਣ। ਇਹ ਇੱਕ ਵੱਡਾ ਮਤਾ ਅੱਜ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਸ ਸੰਬੰਧ ਵਿੱਚ ਹਾਊਸ ਪੇਸ਼ ਹੋਇਆ, ਜਿਹੜਾ ਪਾਸ ਕੀਤਾ ਗਿਆ। ਦੂਸਰਾ ਮਤਾ ਗੁਰਦੁਆਰਾ ਸਾਹਿਬ ਵਿਖੇ ਗੋਲੀਬਾਰੀ ਅਤੇ ਬੇਅਦਬੀ ਦੀ ਘਟਨਾ ਦੇ ਹਰ ਜ਼ਿੰਮੇਵਾਰ ਖਿਲਾਫ਼ ਸਮੇਤ ਮੁੱਖ ਮੰਤਰੀ ਪੰਜਾਬ 295A ਤਹਿਤ ਫੌਜਦਾਰੀ ਤਹਿਤ ਇਹ ਪਰਚਾ ਜਿਹੜਾ ਆ ਉਹ ਦਰਜ ਕੀਤਾ ਜਾਵੇ। ਤੀਸਰਾ ਮਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਫ਼ਦ ਗਵਰਨਰ ਪੰਜਾਬ ਨੂੰ ਮੁੱਖ ਮੰਤਰੀ 'ਤੇ ਇਹ ਕਾਰਵਾਈ ਕਰਨ ਲਈ ਜਿਹੜਾ ਉਹ ਜਾ ਕੇ ਮਿਲੇ, ਤਾਂ ਕਿ 30 ਨਵੰਬਰ 2023 ਦੇ ਜਿਹੜੇ
ਮੁੱਖ ਦੋਸ਼ੀ ਆ ਜਿਹਨਾਂ ਨੇ ਪੁਲਿਸ ਅੰਦਰ ਵਾੜੀ ਔਰ ਪੁਲਿਸ ਨੇ ਅੰਦਰ ਗੋਲੀਆਂ ਚਲਾ ਕੇ ਮਰਿਆਦਾ ਦਾ ਉਲੰਘਣ ਕੀਤਾ, ਉਹਨਾਂ ਦੇ ਸੰਬੰਧ ਦੇ ਵਿੱਚ ਗਵਰਨਰ ਪੰਜਾਬ ਨੂੰ ਅਪਰੋਚ ਕਰੇ। ਅਤੇ ਚੌਥਾ, ਇਹ ਸ਼੍ਰੋਮਣੀ ਕਮੇਟੀ ਨੇ ਇਹ ਵੀ ਫੈਸਲਾ ਕੀਤਾ ਕਿ ਜੇ ਸਰਕਾਰ ਕੋਈ ਐਕਸ਼ਨ ਨਹੀਂ ਕਰਦੀ ਤਾਂ ਫਿਰ ਅਸੀਂ ਕਾਨੂੰਨੀ ਚਾਰਾਜੋਰੀ। ਉਹ ਕਾਨੂੰਨੀ ਚਾਰਾਜੋਰੀ ਕੀ ਹੁੰਦੀ ਆ? ਉਹ ਕਾਨੂੰਨੀ ਚਾਰਾਜੋਰੀ ਹੁੰਦੀ ਵੀ ਪਹਿਲਾਂ ਪੁਲਿਸ ਨੂੰ ਅਪਰੋਚ ਕਰੋ, ਫਿਰ ਉਹ ਤੋਂ ਬਾਅਦ ਦਰਵਾਜ਼ੇ ਅਦਾਲਤਾਂ ਦੇ ਖੜਕਾਏ ਜਾਣ। ਉਹ ਫਿਰ ਦਰਵਾਜ਼ੇ ਅਦਾਲਤਾਂ ਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੜਕਾਊਗੀ, ਜਿਨ੍ਹਾਂ ਨੂੰ ਆਪਾਂ ਇਸ਼ਤਗਾਸਾ ਕਹਿੰਦੇ ਹਾਂ। ਪਰ ਅਸੀਂ ਆਸ ਰੱਖਦੇ ਹਾਂ ਕਿਉਂਕਿ ਸਰਕਾਰ ਚੁੱਪ ਬੈਠੀ ਆ, ਐਡਮਿਨਿਸਟ੍ਰੇਸ਼ਨ ਚੁੱਪ ਬੈਠੀ ਆ, ਸਿੱਟ ਬਣਾਈ ਨੂੰ 3 ਮਹੀਨੇ ਹੋ ਗਏ, ਉਹਦੀ ਕੋਈ ਕਾਰਗੁਜ਼ਾਰੀ ਨਹੀਂ। ਇਹ ਚੁੱਪ ਰਹਿਣੀ ਜਿਹੜੀ ਇਹ ਕਿਸ ਗੱਲ ਵੱਲ ਇਸ਼ਾਰਾ ਕਰਦੀ ਆ? ਜਿੱਦਾਂ ਸਿਆਣੇ ਕਹਿੰਦੇ ਨਾ ਵੀ ਜੇ ਕੋਈ ਬੰਦਾ ਸਵਾਲ ਕਰੇ ਤਾਂ ਚੁੱਪ ਰਹੇ, ਤਾਂ ਇਹਦਾ ਮਤਲਬ ਇਟ ਅਮਾਊਂਟਸ ਟੂ ਐਡਮਿਸ਼ਨ। ਇਹਦਾ ਮਤਲਬ ਇਹ ਆਪ ਉਸ ਗੱਲ ਨੂੰ ਅਸੈਪਟ ਕਰਦੇ ਆ ਕਿ ਉੱਥੇ ਹੋਈ ਇਹ ਬੇਅਦਬੀ ਦੇ ਇਹ ਮੁੱਖ ਦੋਸ਼ੀ ਆ। ਉਹ ਤੋਂ ਇਲਾਵਾ ਜੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਵਿਸ਼ਾਲ ਇਕੱਠ ਸਾਰੀਆਂ ਜਿੰਨੀਆਂ ਵੀ ਜਥੇਬੰਦੀਆਂ, ਜਿੰਨੀਆਂ ਸਿੱਖ ਪੰਥ ਦੀਆਂ ਰਹਿਨਮਾਈ ਦੇ ਵਿੱਚ ਵਿਚਰਦੀਆਂ, ਉਹਨਾਂ ਸਾਰਿਆਂ ਨੂੰ ਇਕੱਠੇ ਬੁਲਾ ਕੇ ਫਿਰ ਇੱਕ ਜਿਹੜਾ ਆ ਉਹ ਸੰਘਰਸ਼ ਜਿਹੜਾ ਆ ਇਹਦੇ ਸੰਬੰਧ ਦੇ ਵਿੱਚ ਬਿਟਣ ਦਾ ਜਿਹੜਾ ਆ ਉਹ ਬੈਠ ਕੇ ਫੈਸਲਾ ਕਰਾਂਗੇ। ਸੋ ਮੁੱਖ ਤੌਰ 'ਤੇ ਇਹ 4 ਅੱਜ ਜਿਹੜੇ ਮੇਨ ਮੁੱਦੇ ਸੀਗੇ ਸਾਡੇ, ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੇ ਵਿੱਚ ਜਿਹੜੇ ਆ ਉਹ ਸਾਰੇ ਹੋਏ। ਇੱਕ ਜਿਹੜੀ ਸਭ ਤੋਂ ਵੱਡੀ ਗੱਲ ਇਹ ਪਿਛਲੇ ਦਿਨੀ ਇੱਕ ਸਾਡੇ ਨੋਟਸ ਵਿੱਚ ਆਈ ਆ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਕਪੂਰਥਲੇ ਦੇ ਮੈਂਬਰ ਸਰਦਾਰ ਜਰਨੈਲ ਸਿੰਘ ਡੋਗਰਾਵਾਲਾ ਅਤੇ ਬੀਬੀ ਗੁਰਪ੍ਰੀਤ ਕੌਰ ਰੂਹੀ। ਇਹ ਪਿਛਲੇ ਦਿਨੀ ਦੇਖੋ ਪਰੋਲ 'ਤੇ ਆਇਆ ਝੂਠਾ ਸਾਧ ਰਾਮ ਰਹੀਮ, ਉਹ ਪਰੋਲ 'ਤੇ ਆ ਕੇ ਵੀ ਉਹ ਕਾਰਵਾਈਆਂ ਕਰ ਰਿਹਾ ਕਿ ਪੰਜਾਬ ਦੇ ਵਿੱਚ ਫਿਰ ਮੁੜ ਨਫ਼ਰਤ ਫੈਲਾਉਣ ਦਾ ਯਤਨ ਕਰ ਰਿਹਾ। ਉਹ ਕਪੂਰਥਲੇ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਤਲਵੰਡੀ ਚੌੜੀਆਂ ਚੋਂ ਨਹੀਂ ਚੌਧਰੀਆਂ ਤਲਵੰਡੀ ਚੌਧਰੀਆਂ ਉਹਦੇ ਵਿੱਚ ਜ਼ਮੀਨ ਦੀ ਖਰੀਦੋ ਫਰੋਖਤ ਕੀਤੀ ਜਿੱਥੇ ਇਹਨੇ ਚਾਚਾ ਘਰ ਬਣਾਉਣਾ, ਪਹਿਲਾਂ ਹਰਿਆਣੇ ਦੇ ਵਿੱਚ ਫਿਰ ਮਾਲਵੇ ਦੇ ਵਿੱਚ, ਅਤੇ ਹੁਣ ਇਹ ਯਤਨ ਕਰ ਰਹੇ ਕਿ ਇੱਧਰ ਦੁਆਬੇ ਵਾਲੇ ਪਾਸੇ ਦੇ ਵਿੱਚ ਵੀ ਸੁਲਤਾਨਪੁਰ ਲੋਧੀ ਦੇ ਲਾਗੇ ਇੱਕ ਅਸਥਾਨ ਬਣਾਇਆ ਜਾਵੇ। ਇਹ ਮੈਂਬਰ ਸਾਹਿਬਾਨ ਨੇ ਜੱਦੋਜਹਿਦ ਵੀ ਕੀਤੀ, ਐਡਮਿਨਿਸਟ੍ਰੇਸ਼ਨ ਨੂੰ ਵੀ ਅਪਰੋਚ ਕੀਤੀ ਆ ਭਈ ਇਹ, ਕਿਉਂਕਿ ਇਹਨਾਂ ਵੱਲੋਂ ਕੋਈ ਵੀ ਜਿਹੜੇ ਚਰਚਾ ਘਰ ਜਾਂ ਨਾਮ ਚਰਚਾ ਕੀ ਕਹਿੰਦੇ ਇਹ ਉਹ ਜੇ ਬਣਾਏ ਗਏ ਤਾਂ ਫਿਰ ਪਹਿਲੀ ਗੱਲ ਤਾਂ ਉਹ ਪਰੋਲ 'ਤੇ ਆਇਆ ਆ, ਦੂਜੀ ਗੱਲ ਇਹਦੇ ਨਾਲ ਲਾ ਐਂਡ ਆਰਡਰ ਦੀ ਸਮੱਸਿਆ ਜਿਹੜੀ ਆ ਉਹ ਵੀ ਉਤਪੰਨ ਹੋ ਸਕਦੀ ਆ। ਸੋ ਪੰਜਾਬ ਸਰਕਾਰ ਤੋਂ ਇਹ ਵੀ ਅਸੀਂ ਮੰਗ ਕੀਤੀ ਆ ਕਿ ਇਹਦੇ ਕੋਈ ਵੀ ਕਾਰਕੁਨ ਜਿਹੜੇ ਕੋਈ ਜ਼ਮੀਨ ਪੰਜਾਬ ਦੇ ਵਿੱਚ ਖਰੀਦ ਕਰਦੇ ਆ ਉਹਨਾਂ ਨੂੰ ਰੋਕਿਆ ਜਾਵੇ। ਜੇ ਨਹੀਂ ਰੋਕਿਆ ਤਾਂ ਫਿਰ ਆ ਪਿੱਛੇ ਨਹੀਂ ਥੋੜ੍ਹੇ ਬੰਦੇ ਇਕੱਠੇ ਕੀਤੇ ਸੀ, ਫਿਰ ਹੋਰ ਵੀ ਇਕੱਠੇ ਹੋਣਗੇ, ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜੱਦੋਜਹਿਦ ਆਪਣੀ ਕਰੂਗੀ। ਸੋ ਇਹੋ ਜਿਹਾ ਕਾਰਨਾ ਕਰੀਏ ਜਿਹਦੇ ਨਾਲ ਪੰਜਾਬ ਉਹ ਮੁੜ ਆਪਣਾ ਡਿਸਟਰਬ ਹੋਵੇ। ਸੋ ਇੰਨੀ ਬੇਨਤੀ ਕਰਕੇ ਤੁਹਾਡੇ ਤੋਂ ਮੈਂ ਖਿਮਾ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਵਿਹਲਾ ਉਹ ਆਪਣੇ ਕਰ ਦਿੱਤਾ ਆ, ਪਹਿਲਾਂ ਹੋਇਆ ਸੀ ਕਮੇਟੀ ਦਾ ਫੈਸਲਾ, ਉਹਨੇ ਤੁਰੰਤ ਰੋਕ ਲਾ ਦਿੱਤੀ ਆ, ਉਹ ਆਉਂਦੇ ਆਪਣੇ ਜਿਹੜੀ ਆਬਜੈਕਟਿਵ ਹੋਊਗੀ ਉਹਦੇ ਫੈਸਲਾ ਕਰ ਲਿਆ ਜਾਊਗਾ। ਦੇਖੋ ਬੇਨਤੀ ਸੁਣ ਲਓ ਮੇਰੀ, ਸਵਾਲ ਖੜੇ ਕਰਨੇ ਸਿਖਾਲੇ ਆ, ਮੈਂ ਵੀ ਬਾਬਾ ਜੀ ਨੂੰ ਮਿਲਿਆ, ਮੇਰੇ ਨਾਲ ਵੀ ਘੰਟਾ ਮੀਟਿੰਗ ਹੋਈ ਉਹਨਾਂ ਦੀ।
ਇਹ ਐਕਚੁਅਲੀ ਟਾਈਟਲ ਨਹੀਂ ਅਸੀਂ ਡਿਸਾਈਡ ਕਰਨਾ, ਸਾਡਾ ਸਾਡਾ ਫੋਕਸ ਸਮਝੋ ਕਿੱਥੇ ਆ। ਬਾਬਾ ਜੀ ਦਾ ਹੈਗਾ ਆ ਵੀ ਇਹ ਸਾਡਾ ਸਥਾਨ ਆ ਅਤੇ ਮਾਨ ਸਿੰਘ ਹੁਣੀ ਕਬਜ਼ਾ ਕਰ ਲਿਆ, ਸਾਡਾ ਇਹ ਸਵਾਲ ਨਹੀਂ। ਸਾਡਾ ਸਵਾਲ ਆ ਵੀ ਉੱਥੇ ਫਾਇਰਿੰਗ ਹੋਈ ਅਤੇ ਹੋਈ ਕਿਉਂ, ਅਤੇ ਜੇ ਬਾਬਾ ਜੀ ਦਾ ਉਹ ਹੈਗਾ ਆ ਉੱਥੇ 145 ਲੱਗੀ ਆ, ਉਹਦੇ 145 SDM ਨੇ ਸੁਣਵਾਈ ਕਰਨੀ ਆ, ਉਹ ਜਿਹਦੇ ਕੋਲ ਟਾਈਟਲ ਹੋ ਦੇ ਦੇਣਗੇ। ਸ਼੍ਰੋਮਣੀ ਕਮੇਟੀ ਕੋਲ ਟਾਈਟਲ ਨਹੀਂ। ਹਾਂ ਇਹ ਜ਼ਰੂਰ ਹੋਈ ਸੀ ਵੀ ਜੇ ਤੁਸੀਂ ਅਕਾਲ ਤਖ਼ਤ ਕੋਲ ਜਾ ਕੇ ਇਹਦੇ ਬਾਰੇ ਕੋਈ ਮਸ਼ਵਰਾ ਕਰਨਾ, ਬੀਇੰਗ ਸਿੱਖ ਗੋਲੀ ਨਾਲ ਨਹੀਂ, ਪਰ ਇਹਨੂੰ ਆਪਾਂ ਉਹਦੇ ਨਾਲ ਮੈਂ ਜੋੜੀਏ। ਬਾਬਾ ਬਲਵੀਰ ਸਿੰਘ ਦਾ ਓਬਜੈਕਸ਼ਨ ਉਹ ਗੋਲੀ, ਸਾਡਾ ਤਾਂ ਮੇਨ ਆ ਵੀ ਗੋਲੀ ਕਿਉਂ ਚੱਲੀ ਅਤੇ ਮਰਿਆਦਾ ਦਾ ਉਲੰਘਣ ਹੋਇਆ। ਬਾਬਾ ਜੀ ਦਾ ਆ ਵੀ ਮੇਰਾ ਗੁਰਦੁਆਰਾ ਆ, ਉਹ ਅਸੀਂ ਨਹੀਂ ਡਿਸਾਈਡ ਕਰਨਾ, ਉਹ 145 ਲੱਗੀ ਆ ਉਹ ਡਿਸਾਈਡ ਕਰਨਗੇ। ਸੋ ਬਾਬਾ ਜੀ ਸਾਡਾ ਹਿੱਸਾ ਹੀ ਆ ਪ੍ਰਬੰਧ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਹਮੇਸ਼ਾ ਸਹਿਯੋਗ ਰੱਖਦੇ। ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਮੀਡੀਆ ਠੀਕ ਆ, ਆਜ਼ਾਦੀ ਆ ਸਾਰਿਆਂ ਨੂੰ, ਹੁਣ ਤਾਂ ਮੀਡੀਆ ਵੀ ਦੱਬਣ ਦਾ ਬੜਾ ਯਤਨ ਕੀਤਾ ਜਾ ਰਿਹਾ, ਪਰ ਇਹ ਇਹਨੂੰ ਮੁੱਦਾ ਇਵੇਂ ਨਾ ਬਣਾਓ ਵੀ ਕਮੇਟੀ ਨੇ ਟਾਈਟਲ ਨਹੀਂ ਸੀ ਡਿਸਾਈਡ ਕਰਨਾ, ਕਮੇਟੀ ਨੇ ਫੈਸਲਾ ਬਿਲਕੁਲ ਨਹੀਂ ਸੀ ਕਰਨਾ ਕਿ ਕਿਹਦਾ ਕਬਜ਼ਾ ਅਤੇ ਕਿਹਦਾ ਹੋਣਾ ਚਾਹੀਦਾ। ਉਹਨਾਂ ਦਾ ਇੱਕ ਇਸ ਗੱਲ 'ਤੇ ਆ ਵੀ ਸਾਡਾ ਕਬਜ਼ਾ ਸੀ, ਉਹ ਜੀ ਸਦ ਕੇ ਉਹਨਾਂ ਨੂੰ ਮੁਬਾਰਕ ਆ, ਕੋਰਟਾਂ 'ਚ ਚੱਲ ਜਾਣ, ਕੋਰਟ ਤਾਂ ਚਲੇ ਗਏ ਆ। 145 ਤੁਸੀਂ ਜਾਣਦੇ ਆ, 6 ਮਹੀਨਿਆਂ 'ਚ ਉਹਦਾ ਫੈਸਲਾ ਹੋਣਾ ਹੁੰਦਾ, ਉਹ ਪਤਾ ਲੱਗ ਜਾਓ ਬਈ ਕਿਹਦਾ ਕਬਜ਼ਾ ਸੀ ਅਤੇ ਕੌਣ ਇਹਦਾ ਮਾਲਕ ਆ। ਸੋ ਇਸ ਕਰਕੇ ਮੈਂ ਤੁਹਾਡੇ ਮੀਡੀਆ ਰਾਹੀਂ ਬਾਬਾ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਸਾਡੇ ਸਤਿਕਾਰਯੋਗ ਆਗੂ ਆ, ਆਗੂ ਕਹਿਣ ਦਾ ਭਾਗ ਕਿ ਬੁੱਢਾ ਦਲ ਜਿਹੜਾ ਆ ਉਹ ਬੁੱਢਾ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲੀ ਜਥੇਬੰਦੀ ਆ, ਪਰ ਉਹਦਾ ਸਤਿਕਾਰ ਵੀ ਆ। ਸਰਕਾਰ ਨਾ ਲੰਘ, ਉਹ ਕੋਰਟਾਂ ਦੇ ਵਿੱਚ ਜਾ ਕੇ ਲੰਘ, ਜੇ ਅਕਾਲ ਤਖ਼ਤ ਨੂੰ, ਹਾਂ ਜੇ ਕਹਿਣਗੇ ਅਕਾਲ ਤਖ਼ਤ ਦੋਹਾਂ ਧਿਰਾਂ ਨੂੰ ਇਕੱਲਿਆਂ ਨੂੰ ਸੱਦ ਸਕਦਾ ਜੇ ਉਹਦੇ ਵਿੱਚ ਸਾਲ ਸਮਾਣਾ ਹੋਊ, ਪਰ ਸਾਡਾ ਇਤਰਾਜ਼ ਸਿਰਫ ਗੋਲੀ ਦਾ ਆ। ਗੋਲੀ ਬਾਰੇ ਵੀ ਬਾਬਾ ਜੀ ਸਪਸ਼ਟ ਕਰ ਦੇਣ ਵੀ ਗੋਲੀ, ਹੁਣ ਜਿਹੜੀ ਗੋਲੀ ਬਾਰੇ ਬਿਆਨ ਆਏ ਕੁਛ ਆਏ ਵੀ ਸਾਡਾ ਕਬਜ਼ਾ ਸੀ, ਉਹ ਜੀ ਸਦ ਕੇ ਉਹਨਾਂ ਨੂੰ ਮੁਬਾਰਕ ਆ, ਕੋਰਟਾਂ 'ਚ ਚਲ ਜਾਣ, ਕੋਰਟ ਤਾਂ ਚਲੇ ਗਏ ਆ। 145 ਤੁਸੀਂ ਜਾਣਦੇ ਆ, 6 ਮਹੀਨਿਆਂ 'ਚ ਉਹਦਾ ਫੈਸਲਾ ਹੋਣਾ ਹੁੰਦਾ, ਉਹ ਪਤਾ ਲੱਗ ਜਾਓ ਬਈ ਕਿਹਦਾ ਕਬਜ਼ਾ ਸੀ ਅਤੇ ਕੌਣ ਇਹਦਾ ਮਾਲਕ ਆ। ਸੋ ਇਸ ਕਰਕੇ ਮੈਂ ਤੁਹਾਡੇ ਮੀਡੀਆ ਰਾਹੀਂ ਬਾਬਾ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਸਾਡੇ ਸਤਿਕਾਰਯੋਗ ਆਗੂ ਆ, ਆਗੂ ਕਹਿਣ ਦਾ ਭਾਗ ਕਿ ਬੁੱਢਾ ਦਲ ਜਿਹੜਾ ਆ ਉਹ ਬੁੱਢਾ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲੀ ਜਥੇਬੰਦੀ ਆ, ਪਰ ਉਹਦਾ ਸਤਿਕਾਰ ਵੀ ਆ। ਸਰਕਾਰ ਨਾ ਲੰਘ, ਉਹ ਕੋਰਟਾਂ ਦੇ ਵਿੱਚ ਜਾ ਕੇ ਲੰਘ, ਜੇ ਅਕਾਲ ਤਖ਼ਤ ਨੂੰ, ਹਾਂ ਜੇ ਕਹਿਣਗੇ ਅਕਾਲ ਤਖ਼ਤ ਦੋਹਾਂ ਧਿਰਾਂ ਨੂੰ ਇਕੱਲਿਆਂ ਨੂੰ ਸੱਦ ਸਕਦਾ ਜੇ ਉਹਦੇ ਵਿੱਚ ਸਾਲ ਸਮਾਣਾ ਹੋਊ, ਪਰ ਸਾਡਾ ਇਤਰਾਜ਼ ਸਿਰਫ ਗੋਲੀ ਦਾ ਆ। ਗੋਲੀ ਬਾਰੇ ਵੀ ਬਾਬਾ ਜੀ ਸਪਸ਼ਟ ਕਰ ਦੇਣ ਵੀ ਗੋਲੀ, ਹੁਣ ਜਿਹੜੀ ਗੋਲੀ ਬਾਰੇ ਬਿਆਨ ਆਏ ਕੁਛ ਆਏ ਆ, ਉਹ ਤਾਂ ਸੀ ਜਿਵੇਂ ਉੱਥੋਂ ਜਾਂਦੀ ਸੀ ਪੁਲਿਸ, ਉਹਨੇ ਫਾਇਰਿੰਗ ਇਧਰੋਂ ਕੀਤੀ, ਉਹਨੇ ਫਾਇਰਿੰਗ ਜਾਣ ਚੱਕ ਕਰਤੀ, ਪਰ ਤੱਥ ਬੋਲਦੇ ਆ ਕਿ 5-6 ਜ਼ਿਲ੍ਹਿਆਂ ਦੀ ਪੁਲਿਸ ਇਕੱਠੀ ਕੀਤੀ, ਅਫਸਰ ਇਕੱਠੇ ਕੀਤੇ। ਸੋ ਸੱਚ ਤਾਂ ਸੱਚੇ ਰਹਿੰਦਾ ਹੁੰਦਾ, ਘੜੀ ਦੀ ਘੜੀ ਝੂਠ ਬੋਲ ਕੇ ਕੰਮ ਨਹੀਂ ਚੱਲਦਾ। ਚਲੋ ਇਹ ਸਾਡਾ ਮਸਲਾ, ਇਹ ਸਾਡਾ ਮਸਲਾ ਨਹੀਂ, ਦੋ ਨੂੰ ਕੀਤਾ ਕਿਹਨੂੰ ਕੀਤਾ, ਸਾਡਾ ਸਿਰਫ ਆਪਣੇ ਅੰਮ੍ਰਿਤਪਾਲ, ਸਾਡਾ ਆ ਵੀ ਗੋਲੀ ਚੱਲੀ ਕਿਹਦੇ ਹੁਕਮ ਨਾਲ ਚੱਲੀ, ਬੇਅਦਬੀ ਹੋਈ ਤਾਂ ਕਿਹਦੇ ਹੁਕਮ ਨਾਲ ਹੋਈ, ਇੰਨਾ ਹੀ। ਉਹਦਾ ਵੀ ਅਸੀਂ ਉਹਨੂੰ ਅਸੀਂ ਕਿਹੜੇ ਫੁੱਲ, ਉਹਨਾਂ ਨੂੰ ਅਸੀਂ ਕਿਹੜੇ ਫੁੱਲ ਪਾਏ, ਉਹਨਾਂ ਨੇ ਵੀ ਅਸੀਂ ਨਿੰਦਾ ਹੀ ਕੀਤੀ ਆ। ਦੇਖੋ ਦੋ ਗੱਲਾਂ ਹੁੰਦੀਆਂ, ਇੱਕ ਹੁੰਦਾ ਮਿਥਕੇ, ਇੱਕ ਹੁੰਦਾ ਜਾਣ ਚੱਕ। ਇਹ ਸਾਰਾ ਕੰਮ ਮਿਥਕੇ ਹੋਇਆ, ਇਹਦੇ ਵਿੱਚ ਸਿੱਧੇ ਤੌਰ 'ਤੇ ਅੱਜ ਤੱਕ 3 ਮਹੀਨੇ ਸਾਡੀ ਜਿਹੜੀ ਕਮੇਟੀ ਸੀ ਉਹ SSP ਨੂੰ ਵੀ ਅਤੇ DC ਸਾਹਿਬ ਨੂੰ ਵੀ ਮਿਲੀ, ਕਿਸੇ ਅਫਸਰ ਨੇ ਬੱਤੀ ਨਹੀਂ ਵਾਹੀ।
ਈਵਨ ਸਰਕਾਰ ਨੇ ਬੱਤੀ ਨਿਭਾਈ ਅਤੇ ਇਸ ਕਰਕੇ ਇਹਦੇ ਲਈ ਜਿਹੜੇ ਵੀ ਕਨਸਰਨਡ ਆ ਇਹ ਹੁਣ ਮੁੱਖ ਮੰਤਰੀ ਸਾਹਿਬ ਦੱਸਣ ਵੀ ਉਹਦੇ ਲਈ ਕਿਹੜੇ ਸਿੱਧੇ ਤੌਰ 'ਤੇ ਜਿਹੜੇ ਉੱਥੇ ਹਾਜ਼ਰ ਸੀ ਉਹ ਹੀ ਆ ਅਤੇ ਫਿਰ ਤਿਆਰੀ ਕਰਕੇ ਇੰਟਰ ਹੋਣਾ ਇਹ ਤਾਂ ਕੁਛ ਇੰਡੀਕੇਟ ਹੋਰ ਹੀ ਕਰਦਾ ਨਾ ਵੀ ਇਹਦਾ ਮਤਲਬ ਕੌਨਸਪੀਰੇਸੀ ਪਹਿਲਾਂ ਹੀ ਸ਼ੁਰੂ ਸੀ ਸੋ ਇਸ ਕਰਕੇ ਸਿੱਧੇ ਤੌਰ 'ਤੇ ਅਤੇ ਬਾਕੀ ਜਿਹੜੇ ਅਫਸਰ ਆ ਉਹ ਇਹ ਕੱਢਣ ਸਾਰੇ ਵੀ ਉਹਦੇ ਕੌਣ ਕੌਣ ਜ਼ਿੰਮੇਵਾਰ ਆ ਉਹ ਜਿਹੜੇ ਤਫਤੀਸ਼ ਇਹਦੀ ਹੋਊਗੀ ਪੂਰੀ ਉਹਦੇ ਵਿੱਚੋਂ ਆ ਕੇ ਸਾਹਮਣੇ ਆ ਜਾਊਗੀ ਅਤੇ ਫਿਰ ਜਿਹੜੇ ਜਿਹੜੇ ਜ਼ਿੰਮੇਵਾਰ ਹੋਣਗੇ ਸਾਡਾ ਵੀ ਰੋਸ ਇਹੋ ਹੀ ਆ ਵੀ ਜਿਹੜੇ ਜ਼ਿੰਮੇਵਾਰ ਆ ਉਹਨਾਂ 'ਤੇ ਪਰਚਾ ਦਰਜ ਕੀਤਾ ਜਾਵੇ ਅਤੇ ਮੁੱਖ ਤੌਰ 'ਤੇ ਕਿਉਂਕਿ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਉਹ ਸਾਰੇ ਲਾ ਐਂਡ ਆਰਡਰ ਦਾ ਇਕੱਲੇ ਇਕੱਲੇ ਦਾ ਜਿਹੜਾ ਉਹਦੀ ਜ਼ਿੰਮੇਵਾਰੀ ਹੁੰਦੀ ਅਤੇ ਉਹ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਲੀਗਲ ਚਾਰਾ ਜਲੀ ਦਾ ਉਹ ਅਸੀਂ ਯਤਨ ਕਰਦੇ ਹਾਂ ਫਿਰ ਉੜ ਕੇ ਉਹ ਹੀ ਹੁੰਦੀ ਹੁੰਦੀ ਆ ਪਰ ਪਹਿਲਾਂ ਇਹ ਤਾਂ ਦੱਸਣ ਨਾ ਵੀ ਇਹਦੇ ਕੌਣ ਜ਼ਿੰਮੇਵਾਰ ਆ ਦੇਖੋ ਬੇਨਤੀ ਸੁਣ ਲਓ ਲਾ ਐਂਡ ਆਰਡਰ ਦੀ ਤੁਸੀਂ ਮੇਰੇ ਤੋਂ ਬਾਅਦ ਵਿੱਧ ਜਾਣਦੇ ਹੋ ਰੋਜ਼ ਕਿਤੇ ਨਾ ਕਿਤੇ ਜੋ ਆ ਉਹ ਕੋਈ ਨਾ ਕੋਈ ਵਾਰਦਾਤ ਹੁੰਦੀ ਆ ਆਹ ਨਸ਼ੇ ਦਾ ਮੈਂ ਨਹੀਂ ਕਹਿੰਦਾ ਗਵਰਨਰ ਪੰਜਾਬ ਨੇ ਕਹਿ ਦਿੱਤਾ ਪ੍ਰੈਸ ਕਾਨਫਰੰਸ ਕਰਕੇ ਬੋਲਦਿਆਂ ਨੇ ਕਹਿ ਦਿੱਤਾ ਮੈਂ ਉਹਨਾਂ ਪੁਲਿਸ ਅਧਿਕਾਰੀਆਂ ਦਾ ਨਾਂ ਨਹੀਂ ਦੱਸਣਾ ਜਿਹੜੇ ਕਹਿੰਦੇ ਸੀ ਕਿ ਪਾਰੋਂ ਜੇ 10 ਕੁਇੰਟਲ ਆਉਂਦਾ ਸੀ ਨਸ਼ਾ ਅਤੇ ਉਹਦੇ ਵਿੱਚੋਂ 2 ਕੁਇੰਟਲ ਰਹਿੰਦਾ ਸੀ 8 ਕੁਇੰਟਲ ਦੀ ਖੇਪ ਪੰਜਾਬ ਨੂੰ ਟੱਪ ਜਾਂਦੀ ਸੀ ਹੁਣ ਉਹ ਕਹਿੰਦੇ 10 ਕੁਇੰਟਲ ਆਉਂਦਾ 10 ਦਾ 10 ਪੰਜਾਬ 'ਚ ਹੀ ਖੱਪ ਜਾਂਦਾ ਸੋ ਇਹ ਤਾਂ ਨਸ਼ਿਆਂ ਦੀ ਗਲਦਾਨ ਹੋ ਚੁੱਕੀ ਜਿਹੜੇ ਕੱਲ੍ਹ ਤਾਂ ਕਹਿੰਦੇ ਸੀ ਮੈਂ ਇੱਕ ਤੁਹਾਨੂੰ ਹੋਰ ਆਹ ਵੀਡੀਓ ਹੁਣ ਤੁਹਾਨੂੰ ਛੋਟੀ ਜਿਹੀ ਐਵੇਂ 2 ਮਿੰਟ ਦੀ ਆ ਉਹਦੇ ਵਿੱਚ ਮਾਨ ਸਾਹਿਬ ਖੜ੍ਹੇ ਆ ਅਤੇ ਕੇਜਰੀਵਾਲ ਕਹਿ ਰਿਹਾ ਕਿ ਮੈਂ ਆਹ ਜਿਹੜੇ ਆਪਣੇ ਝੂਠਾ ਸਾਧ ਵਾਲੇ ਬੇਅਦਬੀ ਵਾਲੇ 24 ਘੰਟੇ